ਆਮ ਘਰ ਦੇ ਬੱਚਿਆਂ ਦੇ ਨਾਲ ਡਿਗਰੀਆਂ ਫੁਕੀਆਂ ਇਸ ਕਰੇ ਗਈਆਂ ਇਹ ਸਾਡੀਆਂ ਡਿਗਰੀਆਂ ਦੀ ਵੈਲਿਊ ਨਹੀਂ ਗਈ ਤੇ ਇਹ 2-2 2.5-2.5 ਲੱਖ ਰੁਪਏ ਲਾ ਕੇ ਭਾਈ ਡਿਗਰੀਆਂ ਕਰਦੇ ਸੋ ਨੌਕਰੀਆਂ ਨੇ ਮਿਲਦੋ ਸ਼ਰਮ ਆਣੀ ਚਾਹੀਦੀ ਇਸ ਤੋਂ ਪਹਿਲੇ ਉਹਨੇ ਬਿਆਨ ਸਿੰਘ ਦੇ ਪੋਤਰੇ ਨੂੰ ਦਿੱਤੀ ਸੀ ਡੀਐਸਪੀ ਨੌਕਰੀ ਤੁਸੀਂ ਮੈਨੂੰ ਦੱਸੋ ਆਮ ਘਰ ਦੇ ਕਿਹੜੇ ਬੰਦੇ ਨੂੰ ਨੌਕਰੀ ਮਿਲੀ ਉਸ ਤੋਂ ਬਾਅਦ ਕੋਟਾ ਲਾ ਵੈਕਸੀਨ ਦਾ ਕੋਟਾ ਲਾ ਵੀ ਪਾਰੀ ਲੇਟੈਸਟ ਆ ਘਾਰੇ 400 ਰੁਪਏ ਦੀ ਵੈਕਸੀਨ 1060 ਰੁਪਏ ਦੀ ਵੇਚ ਰਹੇ ਨੇ ਪ੍ਰਾਈਵੇਟ ਨੂੰ 1560 ਰੁਪਏ ਲਾ ਰਹੇ ਆ 4 ਮਹੀਨੇ ਨਾਲ ਕੋ ਬਚੇ ਹੈ ਅਹੀ ਸੋਚ ਰਹੀ ਸੀ ਚੰਗਾ ਕੰਮ ਕਰਨਗੇ ਹੱਦ ਇਹਨਾਂ ਦੀ ਬਸ਼ਰਮੀ ਦੀ ਹੱਦੀ ਪਾਰ ਕਰ ਦੁੱਤੀ ਹੈ ਨਾਲੇ ਐਮਐਲਏ ਘਰ ਦਾ ਤੇ ਹੁੰਦਾ ਨਹੀਂ ਐਮਐਲਏ ਲੋਕਾ ਦਾ ਨਾ ਮੰਤਰੀ ਲੋਕਾ ਦਾ ਨਾ ਮੁੱਖ ਮੰਤਰੀ ਪੰਜਾਬ ਦਾ ਨਾ ਆਪਣੇ ਘਰ ਦਾ ਤੇ ਹੈ ਨਹੀਂ ਕੁਇਕ ਪੋਣਾ ਕਾ ਅਸੇ ਉਹ ਸਾਡੇ ਘਰ ਦਾ ਬੰਦਾ ਬਿਮਾਰ ਹੋ ਜਵੇ ਔਰ ਸਿਵਲ ਹਸਪੀਟਲ ਲਾਰਜ ਹੋ ਜਾਏਗਾ ਪ੍ਰਾਈਵੇਟ ਵਾਲੇ ਭੱਜਦੇ ਆ ਸਾਰੀ ਉਮਰ ਦੀ ਪੂੰਜੀ ਲੱਗ ਜਾਂਦੀ ਤੇ ਤਦ ਵੀ ਸਾਡਾ ਬੰਦਾ ਬਚਣਾ ਨਹੀਂ ਚਿਹਰੇ ਨਹੀਂ ਸਾਹਮਣੇ ਆ ਪਰੇ ਵੋਟ ਕਿਨੂੰ ਪਾਣੀ ਆ ਕਿਸੇ ਕੰਧ ਨੂੰ ਤੇ ਵੋਟ ਪਾਉਣੀ ਨਹੀਂ ਕਿਸੇ ਬੰਦੇ ਨੂੰ ਹੀ ਪਾਉਣ ਗਿਆ ਨਾ ਜੀ ਬਕਤੀ ਤਾਂ ਤੁਹਾਡੇ ਸਾਹਮਣੇ ਦਿਖ ਨਹੀਂ ਰੇ ਕਿੱਥੇ ਪੰਜਾਬ ਵਿੱਚ ਲਗਾਤਾਰ ਵਧ ਰਹੀ ਬੇਰੋਜ਼ਗਾਰੀ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਵੀ ਸੜਕਾਂ ਤੇ ਉਤਰ ਆਈ ਹੈ ਜੇਕਰ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਦੀ ਤੇ ਪੰਜਾਬ ਸਰਕਾਰ ਵੱਲੋਂ ਸਾਢੇ 4 ਸਾਲਾਂ ਦੇ ਵਿੱਚ ਸਿਰਫ ਤਿੰਨ ਨੌਕਰੀਆਂ ਹੀ ਜਿਹੜੀਆਂ ਉਹ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਵੱਲੋਂ ਅੰਮ੍ਰਿਤਸਰ ਦੇ ਡਿਫਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਆਪਣੀਆਂ ਡਿਗਰੀਆਂ ਤੱਕ ਸਾੜੀਆਂ ਗਈਆਂ ਨੇ ਕਿਉਂ ਸਾੜਨ ਦੀ ਕਨੋਪਤ ਪਈ ਇਹ ਵੀ ਗੱਲਬਾਤ ਕਰ ਲੈਣੇ ਆ ਆਮ ਆਦਮੀ ਪਾਰਟੀ ਦੇ ਯੂਥ ਨੇਤਾ ਸਾਰੇ ਇੱਥੇ ਮੌਜੂਦ ਨੇ ਗੱਲਬਾਤ ਕਰ ਲੈ ਮੈਂ ਵੀਰ ਜੀ ਕੀ ਕਹਿਣਾ ਚਾਹੋਗੇ ਅੱਜ ਤੇ ਆ ਤੁਸੀਂ ਡਿਗਰੀਆਂ ਸਾੜੀਆਂ ਨੇ ਆਪਣੇ ਕਾਫੀ ਜਿਹੜੇ ਤੁਸੀਂ ਲੋਕ ਇਕੱਠੇ ਹੋਏ ਸੀ ਨੌਜਵਾਨ ਇਕੱਠੇ ਹੋਏ ਸੀ ਕੀ ਕਾਰਨ ਕੀ ਆ ਰੇ ਪਿੱਛੇ ਜਿਹੜਾ ਤੁਸੀਂ ਡਿਗਰੀਆਂ ਸਾੜਨ ਦੀ ਮੌਬਤ ਆ ਗਈ ਹੈ ਕਾਰਨ ਡਿਗਰੀਆਂ ਸਾੜਨ ਦੀ ਨੌਬਤ ਯੂ 3 ਇਸ ਕਰਕੇ ਆ ਗਈ ਹੈ ਕਿ ਪੰਜਾਬ ਸਰਕਾਰ ਨੇ 2017 ਤੋਂ ਲੈ ਕੇ 2022 ਤੱਕ ਸਿਰਫ 3 ਨੌਕਰੀ ਦਿੱਤੀਆਂ ਉਹ ਵੀ ਸਿਰਫ ਐਮਐਲਏ ਦੇ ਬੱਚਿਆਂ ਨੂੰ ਜਦਕਿ 2017 ਦੇ ਵਿੱਚ ਪੰਜਾਬ ਸਰਕਾਰ ਜਿਹੜੀ ਬਣੀ ਹੈ ਕੈਪਟਨ ਸਰਕਾਰ ਇਹ ਕਹਿ ਕੇ ਆਈ ਸੀ ਪੰਜਾਬ ਦੇ ਅੰਦਰ ਕਿ ਘਰ ਘਰ ਨੌਕਰੀ ਦਵਾਂਗੇ ਜਿਹਨੂੰ ਨੌਕਰੀ ਨਹੀਂ ਦੇ ਸਕਾਂਗੇ ਉਹਨੂੰ ਬੇਰੋਜ਼ਗਾਰੀ ਭੱਤਾ ਦਵਾਂਗੇ ਉਹਨਾਂ ਨੇ ਘਰ ਘਰ ਨੌਕਰੀ ਜ਼ਰੂਰ ਦਿੱਤੀ ਭੱਤ ਦਿੱਤੀ ਐਮਐਲਏ ਦੇ ਬੱਚਿਆਂ ਨੂੰ ਲੇਕਿਨ ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤੇ ਉਹ ਨਰਿੰਦਰ ਮੋਦੀ ਤੇ ਬਹੁਤ ਨਿਸ਼ਾਨੇ ਸਾਧ ਰਹੇ ਕਹਿੰਦੇ ਇੱਕ ਸਾਲ ਚ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਕਿ ਲੱਗਦਾ ਕਿ ਸਿਆਸਤਦਾਨ ਸਿਰਫ ਸਿਰਫ ਵਾਅਦੇ ਵਾਅਦੇ ਕਰਨ ਵਾਸਤੇ ਤਿਆਰ ਰਹਿੰਦੇ ਨੇ ਲੇਕਿਨ ਉਹਨੂੰ ਇੰਪਲੀਮੈਂਟ ਨਹੀਂ ਕਰ ਪਾਉਂਦੇ ਬਾਈ ਜੀ ਗੱਲ ਪਤਾ ਕਿ ਹਿੰਦੁਸਤਾਨ ਦੀ ਸਿਆਸਤ ਦੀ ਸਭ ਤੋਂ ਮਾੜਾ ਕੰਮ ਇਹ ਹੈ ਕਿ ਜ਼ਿੰਮੇਵਾਰੀ ਫਿਕਸ ਨਹੀਂ ਹੁੰਦੀ ਕਿਸੇ ਦੀ ਅਗਰ ਮੈਂ ਆਪਣੀ ਗੱਲ ਕਰਦਾ ਨਾ ਆਪਣੀ ਜ਼ਿੰਮੇਵਾਰੀ ਕਿਸੇ ਹੋਰ ਛੁੱਟਦਾ ਵਾ ਰਿਸਪੌਂਸਿਬਿਲਟੀ ਕੋ ਲੈਨੂ ਤਿਆਰ ਨਹੀਂ ਗਾ ਇਸ ਚੀਜ਼ ਬਾਰੇ ਇਸ ਕਰਕੇ ਇਹ ਆਪਣੀ ਨਕਾਮੀਆਂ ਚ ਪਾ ਰਹੇ ਕਿੱਡੇ ਕਿੱਡੇ ਵੱਡੇ ਘਟਾਲੇ ਪਹਿਲੇ ਨੌਕਰੀ ਕੋ ਢਾਲ ਲਈਏ ਜਨਾਬ ਆ ਆਮ ਘਰਾਂ ਦੇ ਬੱਚਿਆਂ ਦੇ ਨਾਲ ਡਿਗਰੀਆਂ ਫੂਕੀਆਂ ਇਸ ਕਰਕੇ ਗਈਆਂ ਕਿ ਸਾਡੀ ਡਿਗਰੀਆਂ ਦੀ ਵੈਲਿਊ ਨਹੀਂ ਗਈ ਤੇ ਅਹੀ 2-2 2.5-2.5 ਚਾਰਜ ਲੱਖਾਂ ਰੁਪਏ ਲਾ ਕੇ ਪੜ ਡਿਗਰੀਆਂ ਕਰਦੇ ਸੋ ਨੌਕਰੀਆਂ ਨੇ ਮਿਲ ਨੌਕਰੀ ਮਿਲ ਕੇ ਇਹਨਾਂ ਨੂੰ ਰਹੀਆਂ ਮੈਂ ਐਮਐਲਏ ਦੇ ਮੁੰਡਿਆਂ ਨੂੰ ਇੱਕਨੂੰ ਤਹਿਸੀਲਦਾਰ ਦੇ ਇੱਕ ਨੂੰ ਡੀਐਸਪੀ ਸ਼ਰਮ ਆਣੀ ਚਾਹੀਦੀ ਇਸ ਤੋਂ ਪਹਿਲੇ ਉਹਨਾਂ ਬਿਆਨ ਸਿੰਘ ਦੇ ਪੋਤਰਿਆਂ ਨੂੰ ਦਿੱਤੀ ਸੀ ਡੀਐਸਪੀ ਨੌਕਰੀ ਤੁਸੀਂ ਮੈਨੂੰ ਦੱਸੋ ਆਮ ਘਰ ਦੇ ਉਸ ਵਕੋਟ ਅੱਲਾ ਵੈਕਸੀਨ ਦਾ ਕੋਟਾ ਲਾ ਵੀ ਪਾ ਲਈ ਲੇਟਸਟ ਅਗਾਰੇ 400 ਰੁਪਏ ਦੀ ਵੈਕਸੀਨ 1060 ਰੁਪਏ ਦੀ ਵੇਚ ਰਹੇ ਨੇ ਪ੍ਰਾਈਵੇਟ ਨੂੰ ਉਹ 1560 ਰੁਪਏ ਲਾ ਰਹੇ ਆ ਕੋਟਾਲੇ ਕੋਟਾਲੇ ਜਿਹੜੀ ਲੋਕਾਂ ਨੂੰ ਬੇਸਿਕ ਨੀਡ ਦੀ ਜ਼ਰੂਰਤ ਹੈਗੀ ਨੌਕਰੀਆਂ ਇਹ ਹੈਲਥ ਸਿਸਟਮ ਇਹਦੇ ਛੱਡ ਦੋ 4 ਮਹੀਨੇ ਦਾ ਕੋ ਬਚਿਆ ਹੈ ਅਸੀਂ ਸੋਚਦੇ ਸੀ ਕਿ ਚੰਗਾ ਕੰਮ ਕਰਨਗੇ ਹੱਦ ਇਹਨਾਂ ਨੇ ਬਸ਼ਰਮੀ ਦੀ ਹੱਦੀ ਪਾਰ ਕਰ ਦਿੱਤੀ ਹੈ ਹਾਂ ਜੀ ਲੇਕਿਨ ਤੁਹਾਨੂੰ ਵੀ ਜਿਹੜਾ ਵਾ ਜਿਹੜਾ ਹੈ ਪੋਲਿਟਿਕਸ ਦੇ ਪ੍ਰੇਰੇਤ ਹੀ ਦੱਸਿਆ ਜਾ ਰਿਹਾ ਹੈ ਕਹਿੰਦੇ ਕਿ ਲੰਮੇ ਸਮੇਂ ਤੋਂ ਤੁਸੀਂ ਕੋਈ ਵੀ ਆਵਾਜ਼ ਨਹੀਂ ਚੁੱਕੀ ਹੁਣ ਤੁਹਾ ਕੀ ਲੱਗਦਾ ਕਿ ਸਿਰਫ ਸਿਆਸਤ ਹੀ ਕੀਤੀ ਜਾ ਕੇ ਦਿੱਕਸ਼ਤ ਦੇਖੋ ਜੀ ਸਿਆਸਤ ਕੋਈ ਨਹੀਂ ਹੈਗੀ ਇਹਨਾਂ ਨੇ ਪਿਛਲੇ ਹਫਤੇ ਮਤਾਬਾਸ ਕੀਤਾ ਸੀ ਤੇ ਆਮ ਆਦਮੀ ਪਾਰਟੀ ਨੇ ਉਸੇ ਟਾਈਮ ਇਹ ਆਵਾਜ਼ ਚੁੱਕੀ ਹੈ ਠੀਕ ਹੈ ਸਿਆਸਤ ਅੱਦ ਹੁੰਦੀ ਹੈ ਕਿ ਬੜੇ ਲੰਬੇ ਸਮੇਂ ਤੋਂ ਕੰਮ ਕੀਤਾ ਹੋਵੇ ਤੇ ਹੀ ਆਵਾਜ਼ ਹੋਣ ਚੁੱਕੀ ਹੈ ਇਲੈਕਸ਼ਨ ਦੇ ਕੋਲ ਆ ਕੇ ਸਿਆਸਤ ਹੈ ਹੀ ਕੋਈ ਨਹੀਂ ਇਹਨਾਂ ਨੇ ਮਤਾਬਾਸ ਕੀਤਾ ਕਿ ਇੱਕ ਕਾਦੀਆਂ ਦਾ ਐਮਐਲਏ ਸ਼ਾਇਦ ਇਹ ਕੰਮਲੇ ਹੋਰ ਸਾਹਬ ਨੇ ਜਿੰਨਾਂ ਦੇ ਮੁੰਡੇ ਨੂੰ ਤਹਿਸੀਲਦਾਰ ਦੇ ਕੋਲ ਡੀਐਸਪੀ ਦੀ ਆਈ ਉਸਦੇ ਖਿਲਾਫ ਚੁੱਕੀ ਹੈ on the spot ਹੀ ਆਮ ਆਦਮੀ ਪਾਰਟੀ ਸਿਆਸਤ ਕਰਨੀ ਸਿਆਸਤ ਬਦਲਣ ਆਈ ਹੈ ਜਿਹੜੇ ਕਰਕੇ ਬਦਲੀਆਂ ਵੀ ਇਹਨਾਂ ਦੀ ਚੀਜ਼ਾਂ ਤੁਸੀਂ ਦੇਖੋ ਸ਼ਹਿਰ ਸ਼ਹਿਰ ਚੰਦਾਂ ਨੇ ਬੋਟ ਲਵਾਤੇ ਆਪਣੇ ਕਿ ਕੈਪਟਨ ਇੱਕੋ ਹੀ ਹੈ ਕੈਪਟਨ ਨੇ ਫਲਾਨ ਕੀਤਾ ਗਿਆ ਆਪਣੇ 1500 ਪੈਨਸ਼ਨ ਦਿੱਤੀ ਕੈਪਟਨ ਨੇ ਸ਼ਗਨ ਸਕੀਮ ਦਿੱਤੀ ਬਾਜੀ ਜੀ ਜੰਨੇ ਪੈਸੇ ਤੁਸੀਂ ਪਬਲਿਸਿਟੀ ਦੇ ਖਰਚ ਕਰਦੇ ਲੋਕਾਂ ਉੱਪਰ ਲਾ ਦੋ ਲੋਕਾਂ ਉੱਪਰ ਨਹੀਂ ਲਾਣੇ ਲੋਕਾਂ ਦੇ ਪਬਲਿਸਿਟੀ ਉੱਪਰ ਲਾਣੇ ਨੇ ਓਏ ਇਹਨਾਂ ਦੀ ਸੋਚ ਮਾੜੀ ਹੈ ਤੁਸੀਂ ਦੇਖੋ ਜਿੰਨੇ-ਜਿੰਨੇ ਵਾਦੇ 2017 ਦੇ ਕਿਤੇ ਇੱਕ ਵਾਦਾ ਵੀ ਪੂਰਾ ਨਹੀਂ ਕੀਤਾ ਪੰਜਾਬ ਸਰਕਾਰ ਨੇ ਇਸ ਕਾਂਗਰਸ ਸਰਕਾਰ ਇੱਕ ਪਰਸੈਂਟ ਵੀ ਵਾਦਾ ਪੂਰਾ ਨਹੀਂ ਕੀਤਾ ਤੇ ਆਖਿਰੇ ਜਾਂਦੇ-ਜਾਂਦੇ ਲੁੱਟੀ ਜਾ ਰਹੇ ਨੇ ਲੇਕਿਨ ਿਕਸ਼ਿਤ ਦੀ ਉਹਨਾਂ ਦੇ ਆਪਣੇ ਪਰਸਨ ਉਹਨਾਂ ਦਾ ਕਹਿਣਾ ਆਪ ਸਾਡਾ ਪਰਸਨਲ ਘਰ ਦੀ ਲੜਾਈ ਹੈ ਜੇ ਅਗਰ ਬੋਰਡ ਲੱਗਦੇ ਵੀ ਤਾਂ ਕੋਈ ਗੱਲ ਨਹੀਂ ਕਾਫੀ ਬਿਆਨ ਜਿਹੜੇ ਆ ਰਹੇ ਨੇ ਨਵਜੋਤ ਸਿੰਘ ਸਿੱਧੂ ਦੇ ਤੇ ਕੈਪਟਨ ਮਨਿੰਦਰ ਸਿੰਘ ਸਾਹਮਣੇ ਟਵੀਟ-ਟਵੀਟ ਹੋ ਰਿਆ ਸੀ ਉਹ ਕਹਿੰਦੇ ਘਰ ਦੀ ਲੜਾਈ ਆ ਕੋਈ ਨਹੀਂ ਖਤਮ ਕਰ ਲਾਂਗੇ ਅਸੀਂ ਬਾਈ ਜੀ ਠੀਕ ਆ ਘਰ ਦੀ ਤਾਂ ਬਾਈ ਲੜਾਈ ਜਗਜ਼ਾਰ ਹੋਏ ਹੋਗੀ ਨਾ ਪਬਲਿਕ 'ਚ ਲੜ ਰਿਹਾ ਨਾ ਤੇ ਘਰ ਦੀ ਕਿੱਥੋਂ ਰਹਿ ਗਈ ਘਰ ਦੀ ਲੜਾਈ ਹੋਣੀ ਚਾਰ ਬੰਦੇ ਦੇ ਕਮਰੇ ਦੇ ਅੰਦਰ ਚਾਰ ਦੀਵਾਰੀ ਦੇ ਵਿੱਚ ਦੇ ਪਬਲਿਕ 'ਚ ਆ ਕੇ ਲੋਕਾਂ ਦੀ ਲੜਾਈ ਆ ਨਾਲੇ ਐਮਐਲਏ ਘਰ ਦਾ ਤੇ ਹੁੰਦਾ ਨਹੀਂ ਐਮਐਲਏ ਲੋਕਾਂ ਦਾ ਨਾ ਮੰਤਰੀ ਲੋਕਾਂ ਦਾ ਨਾ ਮੁੱਖ ਮੰਤਰੀ ਪੰਜਾਬ ਦਾ ਨਾ ਆਪਣੇ ਘਰ ਦਾ ਤੇ ਹੈ ਨਹੀਂ ਉਹ ਠੀਕ ਹੈ ਨਾ ਪਿਛਲੇ 3-4 ਹਫ਼ਤੇ ਦਾ ਅੱਗੇ ਚੱਲਦਾ ਬਈ ਪੰਜਾਬ ਲੋਕਾਂ ਦੇ ਵਿੱਚ ਕਰੋਨਾ ਦਾ ਕੀ ਹਾਲ ਹੈ ਲੋਕਾਂ ਦੇ ਵਿੱਚ ਕੋਈ ਪਤਾ ਨਹੀਂ ਵੈਕਸੀਨੇਸ਼ਨ ਮਿਲ ਨਹੀਂ ਕਿ ਨਹੀਂ ਮਿਲਣੀ ਕੋਈ ਪਤਾ ਨਹੀਂ ਨੌਕਰੀਆਂ ਕਿੰਨੀਆਂ ਦਿੱਤੀਆਂ ਜਾ ਰਹੀਆਂ ਮੈਂ ਆਪਣੇ ਬੰਦਿਆਂ ਨੂੰ ਇੱਕ ਹਾਵਤ ਹੈਗੀ ਆ ਅੰਨਾ ਵੰਡੇ ਰਿਹੋੜੀਆਂ ਮੁੰਡ-ਮੁੰਡ ਆਪਣੇਆਂ ਨੂੰ ਐਸੇ ਦਾ ਵੀ ਸੈਟਲਮੈਂਟ ਹੋ ਰਹੀ ਹੈ 2022 ਦੇ ਇਲੈਕਸ਼ਨ ਵਿੱਚ ਕਿਉਂਕਿ ਪਾਟੇ ਪਏ ਨੇ ਉਹ ਦੋ ਐਮਐਲਏ ਸੇ ਨੂੰ ਮਨਾਨ ਦੇ ਪਿੱਛੇ ਉਹਨਾਂ ਦੇ ਮੁੰਡੇ ਨੂੰ ਐਡੇ ਵੱਡੇ ਅਹੁਦੇ ਆਫਰ ਕਰ ਦਿੱਤੇ ਭਾਜੀ ਤੁਹਾਡੇ ਆ ਮੇਰੇ ਵਰਗੇ ਨੇ ਕੋਈ ਪੇਪਰ ਦੇ ਦਾਂਵੇਂ ਨਾ ਪੀਸੀਐਸ ਦਾ ਪੇਪਰ ਕਲੀਅਰ ਕਰਨਾ ਪੈਂਦਾ ਹੋਵੇ ਤੁਰਵਸੇ ਗ੍ਰੈਜੂਏਟ ਹੋਣਾ ਪੈਂਦਾ ਹੋਵੇ ਤੇ ਕਿਸੇ ਨਾ ਭਾਰੀ ਹੈ ਗ੍ਰੈਜੂਏਸ਼ਨ ਹੋਣ ਵੀ ਉਹਨਾਂ ਵਿੱਚ ਹੋਰ ਵੀ ਕੁਆਲਿਟੀ ਹੋਣੀ ਚਾਹੀਦੀ ਕਿ ਐਸਡੀਐਮ ਲੱਗਣਾ ਹੈ ਜਾਂ ਤਹਿਸੀਲਦਾਰ ਲੱਗਣਾ ਹੈ ਜਾਂ ਡੀਐਸਪੀ ਲੱਗਣਾ ਭਾਵੇਂ ਕੁਆਲਿਟੀ ਹੁੰਦੀ ਹੈ ਨਾ ਉਹਨਾਂ ਵਿੱਚ ਇਹਨਾਂ ਵਿੱਚ ਕੀ ਕੁਆਲਿਟੀ ਆ ਵੇਖ ਚਾਹੀਆਂ ਐਵੇਂ ਵੇਖਿਆ ਕਿ ਐਮਐਲ ਦੇ ਬੱਚੇ ਨੇ ਦੇਖੋ ਉਹਨੂੰ ਫਿਰ ਦੁਬਾਰਾ ਤੋਂ ਅੱਜ ਜਿਹੜੇ ਡਿਗਰੀਆਂ ਸਾੜੇ ਗਏ ਕਿ ਇਸ ਤਰ੍ਹਾਂ ਹੀ ਪ੍ਰੋਟੈਸਟ ਜਾਰੀ ਰਹਿਣਗੇ ਜਨੇਤਾ ਤੱਕ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਹਾਂ ਇਹ ਪ੍ਰੋਟੈਸਟ ਇਸ ਤਰੀਕ ਇਸ ਕਰੇ ਕੀਤਾ ਕਿ ਲੋਕਾਂ ਨੂੰ ਜਗਾਨ ਵਾਸਤੇ ਦੇਖੋ ਜੀ ਜਿਹੜੇ ਤੁਹਾਨੂੰ 2017 ਚ ਵਾਦੇ ਕਰਕੇ ਆਏ ਸੀ ਉਹਦੇ ਪੂਰੇ ਕਰਨੇ ਨਹੀਂ ਜੇ ਆਸ ਕੋਈ ਰੱਖਣਾ ਨਾ ਤੇ ਲੋਕੀ ਅੱਗੇ ਤਿਆਰ ਬੈਠੇ 2022 ਦੇ ਵਿੱਚ ਸਰਕਾਰ ਚੇਂਜ ਕਰਾਉਣ ਨੂੰ ਅਹੀ ਘਰ ਘਰ ਜਾ ਕੇ ਦਰਵਾਜ਼ਾ ਖੜਕਾ ਖੜਕਾ ਕੇ ਲਾਂਬੰਦ ਕਰਾਂਗੇ ਲੋਕਾਂ ਨੂੰ ਕਿ ਦੇਖੋ ਲੋਕੋ ਇਹਨਾਂ ਨੇ ਨੌਕਰੀ ਦੇਣੀ ਐ ਮਲੇ ਮੁੰਡਿਆਂ ਨੂੰ ਕਰਦੇ ਕਿ 2 ਲੱਖ ਤਨਖਾਹ ਵੀ ਐਮਐਲਏ ਲਵੇ ਐਮਐਲਏ ਜੱਤੜੇ ਦਾ ਪੈਨਸ਼ਨ ਵੀ ਲਵੇ ਤੇ ਜੇ ਨੌਕਰੀਆਂ ਵੀ ਐਮਐਲਏ ਦੇ ਮੁੰਡਿਆਂ ਨੂੰ ਦੇਣੇ ਤੇ ਫਿਰ ਸਰਕਾਰ ਅਈ ਇਹਨਾਂ ਨੂੰ ਕਿਉਂ ਮੋਟਾ ਬੰਦੇ ਆ ਆਯਾਬ ਕਹਿੰਦੇ ਕੁਰਸੇ ਤੇ ਬੈਹਣ ਦੇ ਆਮ ਆਦਮੀ ਪਾਰਟੀ ਇੱਕੋ ਏਜੰਡਾ ਲੋਕਲ ਬੰਦੇ ਨੂੰ ਸਾਥ ਦੇਣਾ ਜਿੰਨੇ ਵੀ ਅਸੀਂ ਵੀ ਅੱਜ ਖੜੇ ਆ ਨਾ ਕੋਈ ਸਾਡਾ ਪਿੱਛੋ ਕੜ ਕੋਈ ਪੋਲਿਟੀਕਲ ਕੋਈ ਨਹੀਂ ਕਹੇ ਭਾਜੀ ਅਸੀਂ ਆਮ ਘਰ ਆ ਸਧਾਰਨ ਬੰਦੇ ਆ ਤੇ ਪਾਰਟੀ ਨੇ ਮੌਕਾ ਦਿੱਤਾ ਆਮ ਆਦਮੀ ਪਾਰਟੀ ਕੈਫੋਰੀ ਪਾਰਟੀ ਹੈ ਜਿਹੜੇ ਸਧਾਰਨ ਬੰਦੇ ਨੂੰ ਮੌਕਾ ਦਿੰਦੀ ਸਾਨੂੰ ਰਾਜਨੀਤੀ ਨੂੰ ਉਤਰਨਾ ਪਏਗਾ ਜੇ ਰਾਜ ਨਹੀਂ ਬਦਲਨੀ ਇਹਦੇ ਨਹੀਂ ਤੇ ਇਹ ਪੰਜਾਬ ਉਟਕੇ ਖਾ ਗਏ ਨੇ ਇੱਕ ਮੌਕ ਅਮੇ ਲੋਕਾਂ ਐ ਵੀ ਤੁਹਾਡੇ ਮੱਦੇਨਜ਼ਰ ਪੀਲ ਕਰਨਾ ਚਾਹਾਂਗੇ ਕਿ ਇੱਕ ਮੌਕਾ 2022 ਦਾ ਬਚਿਆ ਰਹੇ ਤੇ ਸਪੈਸ਼ਲੀ ਯੂਥ ਜੇ ਭਾਈ ਜੇ ਹੀ ਕੁਝ ਲੈਣਾ ਨਾ ਕਰਨਾ ਨਾ ਆਪਣੇ ਹੱਕ ਲੈਣੇ ਜਿਨ੍ਹਾਂ ਦੇ ਚੰਗੇ ਬੰਦੇ ਅੱਗੇ ਲਿਆਓ ਇਹਨਾਂ ਨੂੰ ਚੋਰਾ ਨੂੰ ਵੋਟਾਂ ਪਾਉਣਾ ਕੁਝ ਨਹੀਂ ਹੋਣਾ ਰਾਜ ਅਹੀ ਜੇ ਡਿਗਰੀ ਹੈ ਸਰ ਰਾਜਕੁਮਾਰ ਵੀਰਕਾ ਜੀ ਦੇ ਘਰ ਦੇ ਬਾਹਰ ਸਾੜੀਆਂ ਠੀਕ ਹੈ ਨਾ ਲੋਟੂ ਟੋਲਾ ਹੀ ਹੈ ਉਹ ਘਰ ਨਹੀਂ ਲੱਭੇ ਕੀ ਹੈ ਕਿ ਐਮਐਲਏ ਜਿਹੜੋ ਬੰਨਾ ਮੈਂ ਇਹ ਮਹੀਨਾ ਪਹਿਲੇ ਘਰੋਂ ਬਾਹਰ ਆਣਾ ਹੱਥ ਜੋੜ ਕੇ ਲੋਕਾਂ ਕੋਲ ਵੋਟਾਂ ਲੈ ਰਹੀ ਹੈ 4.5 ਸਾਲ ਕਿੱਥੇ ਚੱਲ ਜਾਂਦੇ ਹੋ ਲੇਕਿਨ ਉਹ ਆਪਣੇ ਹਲਕੇ 'ਚ ਨਹੀਂ ਉਹਨਾਂ ਦੀ ਜ਼ੀਰ ਕੋਵਿਡ ਦੇ ਵਿੱਚੋਂ ਜਿਹੜਾ ਨਿਕਲ ਕੇ ਆ ਰਿਹਾ ਨਾ 25-2500 ਰੁਪਏ ਪਤਾਵ ਦੇਨੇ ਤੇ ਰਾਸ਼ਨ ਵਿੱਚ ਦੇ ਰਿਆ ਰੋਜ਼ਾਨਾ ਖਬਰ ਲੱਗ ਰਹੀ ਹੈ ਕਹਿੰਦੇ ਰੋਜ਼ਾਨਾ ਸੀ ਆਪਾਂ ਹਲਕੇ ਚ ਤੇਰੇ ਭਾਈ ਜੀ ਗੱਲਾਂ ਹੀ ਨੇ ਤੂੰ ਗਰਾਉਂਡ ਸ ਉਤਰ ਕੇ ਦੇਖੋ ਕਿਤ ਨੂੰ ਮਿਲਿਆ 2500 ਰੁਪਏ ਪੱਤਾ ਕਿਨੂੰ ਮਿਲਿਆ ਰਾਸ਼ਨ ਰਾਸ਼ਨ ਦੇ ਅਸਲ ਵੰਡੇ ਕਿਸ ਜੀ ਵਾਲ ਸਰਕਾਰ ਨੇ ਦਿੱਲੀ ਦੇ ਅੰਦਰ ਜੇ ਘਰ ਬੰਦੇ ਭਾਇਆ ਨੇ ਤੇ 5-5 ਹਜ਼ਾਰ ਅਕਾਊਂਟਾਂ ਚ ਵੀ ਪਾਇਆ ਇਹਨਾਂ ਨੇ ਕੀ ਪਾਇਆ ਵਾ ਇਹਨਾਂ ਨੇ ਪਤਾ ਕੀ ਪਾਇਆ ਵਾ ਬਿਜਲੀ ਦੇ ਬਿੱਲ ਇਹਨਾਂ ਨੇ ਪਾਇਆ ਸਕੂਲਾਂ ਦੇ ਫੀਸਾਂ ਇਹਨਾਂ ਨੇ ਪਾਇਆ ਵਾ ਹੋਰ ਸਾਰੇ ਖਰਚੇ ਜੇ ਅੱਜ ਖੁਦਾ ਨਾ ਖਾ ਸਕੇ ਉਨੁਮਾਸ ਨਹੀਂ ਗਈ ਸਰਕਾਰੀ ਇੰਸਟੀਚਿਊਸ਼ਨ ਉੱਪਰ ਸਿਵਲ ਹਸਪੀਟਲ ਉੱਪਰ ਕੀ ਕਾ ਕੁੱਤੇ ਫਿਰਦੇ ਨੇ ਠੀਕ ਹੈ ਗੁਰਨਾਨਦ ਹਸਪੀਟਲ 'ਚ ਕੀ ਕਾ ਇਲਾਜ ਤਾਂ ਹੈਗਾ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਮੈਨੂੰ ਦੱਸੋ ਕੋਈ ਖੋਦ ਨਾ ਕਾ ਸੇ ਕੋ ਸਾਡੇ ਘਰ ਦਾ ਬੰਦਾ ਬਿਮਾਰ ਹੋ ਜਵੇ ਉਹ ਸਿਵਲ ਹਸਪੀਟਲ ਇਲਾਜ ਹੋ ਜਾਏਗਾ ਪ੍ਰਾਈਵੇਟ ਵਾਲੇ ਭੱਜਦੇ ਆ ساری ਉਮਰ ਦੀ ਪੂੰਜੀ ਲੱਗ ਜਾਂਦੀ ਏ ਤੇ ਤਦ ਵੀ ਸਾਡਾ ਬੰਦਾ ਬਚਦਾ ਨਹੀਂਗਾ ਬੰਦਾ ਨਹੀਂ ਬਚਦਾ ਲੇਕਿਨ ਕਿਤਨਾ ਕਿਤੇ ਆਮ ਆਦੀ ਪਾਰਟੀ ਵੱਲੋਂ ਫਿਰ ਤੋਂ ਦੁਬਾਰਾ ਜਿਹੜਾ ਲਾਮੰਦ ਹੋ ਕੇ ਜਿਹੜਾ ਆ ਪੰਜਾਬ ਸਰਕਾਰ ਦੇ ਖਿਲਾਫ ਉਹਨਾਂ ਜਿਹੜਾ ਆ ਮੁਹਿੰਮ ਛੇੜ ਦਿੱਤੀ ਗਈ ਆ ਵੀ ਨਿਰਣ ਭਗਵੰਤ ਸਿੰਘ ਆ ਜੀ ਭਗਵੰਤ ਸਿੰਘ ਜੀ ਅੱਜ ਜਿਹੜਾ ਪ੍ਰੋਟੈਸਟ ਕੀਤਾ ਕੀ ਲੱਗਦਾ ਹੈ ਕਿ ਹੁਣ ਜ਼ਰੂਰਤ ਸਗੀ ਪ੍ਰੋਟੈਸਟ ਕਰਨ ਦੀ ਕਿ ਸਿਰਫ ਸਿਆਸਤ ਤੋਂ ਪ੍ਰੇਰਿਤ ਹੈ ਨਹੀਂ ਮੈਂ ਅੱਗੇ ਤੁਹਾਡਾ ਕੁਐਸਚਨ ਤੁਸੀਂ ਦੀਕਸ਼ਿਤ ਜੀ ਨੂੰ ਵੀ ਕੀਤਾ ਕਿ ਇਹ ਜਿਹੜਾ ਪ੍ਰੋਟੈਸਟ ਆ ਉਹ ਕਹਰੇ ਸਿਆਸਤ ਤੋਂ ਪ੍ਰੇਰਿਤ ਆ ਅੱਜ ਤੋਂ ਪੂਰੇ 1 ਸਾਲ ਪਹਿਲਾਂ ਸ਼ਾਇਦ ਤੁਹਾਨੂੰ ਯਾਦ ਹੋਊਗਾ ਕਿ ਨਹੀਂ ਹੋਊਗਾ ਅਸੀਂ ਸੋਨੀ ਸਾਹਿਬ ਦੀ ਕੋਠੀ ਦੇ ਬਾਹਰ ਵੀ ਇੱਕ ਪ੍ਰੋਟੈਸਟ ਕੀਤਾ ਸੀ ਜਦੋਂ ਵੀ ਜਿਹੜਾ ਵੀ ਕੰਮ ਕਾਰਨ ਕਰਦੇ ਜਦੋਂ ਉਹਨਾਂ ਨੇ ਖੇਤੀ ਕਾਨੂੰਨ ਪਾਸ ਕੀਤੇ ਸੀ ਅਸੀਂ ਜੂਨ ਦੇ ਵਿੱਚ ਉਦੋਂ ਹੀ ਪ੍ਰੋਟੈਸਟ ਕੀਤਾ ਸੀ ਸਾਨੂੰ ਜਿਹੜੇ ਵੇਲੇ ਵੀ ਪਤਾ ਲੱਗਦਾ ਕਿ ਇਹਨਾਂ ਨੇ ਕੋਈ ਵੀ ਐਸਾ ਕੰਮ ਕੀਤਾ ਤਾਂ ਅਸੀਂ ਉਹਦੇ ਅਗੇਂਸਟ ਪ੍ਰੋਟੈਸਟ ਜ਼ਰੂਰ ਕਰਦੇ ਆਂ ਆ 3 ਦਿਨ ਪਹਿਲਾਂ ਨੋਟੀਫਿਕੇਸ਼ਨ ਕੀਤਾ ਤੇ ਅਜੇ ਅਜੇ ਕੈਬਨਟ ਵਿੱਚ ਆਉਣਾ ਹੈ ਬਿੱਲ ਤਾਂ ਅਸੀਂ ਪਹਿਲਾਂ ਹੀ ਪ੍ਰੋਟੈਸਟ ਕੀਤਾ ਔਰ ਕਰ ਰਹੇ ਆਂ ਲੋਕਾਂ ਨੂੰ ਜਗਾ ਰਹੇ ਆਂ ਲੇਕਿਨ ਲੋਕਾਂ ਨੂੰ ਜਗਾਉਣ ਦੀ ਗੱਲ ਕੀਤੀ ਜਾ ਰਹੀ ਲੋਕ ਤੇ ਕਹਿੰਦੇ ਅਸੀਂ ਖੁਦ ਸਮਝਦਾਰ ਆਂ ਜਿਹਨੂੰ ਵੋਟ ਪਾਉਣੀ ਹੈ ਪਾ ਰਹੇ ਆਂ ਕਿ ਲੱਗਦਾ ਕਿ ਲੋਕ ਜਿਹੜੇ ਨੇ ਸਿਰਫ ਪੈਸੇ ਕਰਕੇ ਜਾਂ ਸ਼ਰਾਬ ਕਰਕੇ ਵੇਖ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਜਿਹੜੀ ਲੋਟੂ ਸਰਕਾਰਾਂ ਲੁੱਟਦੀਆਂ ਰਹਿੰਦੀਆਂ ਨੇ ਨਹੀਂ ਇਹ ਮੈਂ ਇਹ ਚੀਜ਼ ਨਹੀਂ ਕਹੂੰਗਾ ਲੋਕ ਵੇਖ ਜਾਂਦੇ ਨੇ ਕਾਰਨ ਕੀ ਹੁੰਦਾ ਸਾਡੇ ਜਿਵੇਂ ਅਸੀਂ ਪਹਿਲਾਂ-ਪਹਿਲਾਂ ਸਾਡੇ ਕੋਲੇ ਦੋ ਹੀ ਬੱਸਾਂ ਸੀ ਜਾਂ ਕਾਲੀ 'ਚ ਚੜਜੋ ਜਾਂ ਚਿੱਟੀ 'ਚ ਚੜਜੋ ਸਾਡੇ ਕੋਲੇ ਦੋ ਹੀ ਬੱਸਾਂ ਸੀ ਹੁਣ ਆਪਸ਼ਨ ਆ ਤੇ ਲੋਕਾਂ ਨੇ ਹੁਣ ਦੇਖ ਲਿਆ ਵੀ ਕੀ ਦਿੱਲੀ ਦੇ ਵਿੱਚ ਕੀ ਹੋ ਰਿਹਾ ਕਿਵੇਂ ਦੇ ਕੰਮ ਹੋ ਰਿਹਾ ਕਿੱਦਾਂ ਸਾਨੂੰ ਅਸੀਂ ਕਿਵੇਂ ਸਰਕਾਰ ਬਦਲ ਸਕਦੇ ਆ ਸੋ ਉਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਇਸ ਵਾਰ ਲੋਕ ਪੂਰੇ ਹਰਸੋ ਹਲਾਸ ਦੇ ਨਾਲ ਜਿਵੇਂ ਤੁਸੀਂ ਕਿਹਾ ਵੀ ਲੋਕ ਕਹਿੰਦੇ ਆ ਵੀ ਸਾਨੂੰ ਪਤਾ ਸੀ ਕਿੰਨੂੰ ਵੋਟ ਪਾਉਣੀ ਇਸ ਵਾਰ ਆਮ ਆਦਮੀ ਪਾਰਟੀ ਨੂੰ ਲੋਕ ਜ਼ਰੂਰ ਵੋਟ ਪਾਉਣਗੇ ਲੇਕਿਨ ਵੋਟ ਪਾਉਣ ਦੀ ਤੇ ਗੱਲ ਹੈ ਲੇਕਿਨ ਚਿਹਰੇ ਨਹੀਂ ਸਾਹਮਣੇ ਆ ਪਰ 6 ਮਹੀਨੇ ਦਾ ਸਮਾਂ ਰਹਿ ਗਿਆ 3 ਮਹੀਨੇ ਚੋਣਾਂ ਜਾ ਚਿਹਰੇ ਨਹੀਂ ਸਾਹਮਣੇ ਆ ਪਰੇ ਵੋਟ ਕਿਨੂੰ ਪਾਣੀ ਆ ਕਿਸੇ ਕੰਧ ਨੂੰ ਤੇ ਵੋਟ ਪਾਣੀ ਨਹੀਂ ਕਿਸੇ ਬੰਦੇ ਨੂੰ ਹੀ ਪਾਉਣਗੇ ਨਾ ਜੀ ਬਕਤੀ ਤਾਂ ਤੁਹਾਡੇ ਸਾਹਮਣੇ ਦਿਖ ਨਹੀਂ ਰੇ ਕਿਸੇ ਜਗ੍ਹਾ ਤੇ ਜੀ ਆ ਇੱਕ ਇੱਕ ਕੁਐਸਚਨ ਬੜਾ ਹਰ ਅਕਾਲੀ ਕਾਂਗਰਸੀ ਇਹ ਕੁਐਸਚਨ ਪੁੱਟ ਕਰਦਾ ਵੀ ਚਿਹਰਾ ਨਹੀਂ ਦਿਖ ਰਿਹਾ ਸਾਡਾ ਇੱਕ ਹੀ ਆਨਸਰ ਹੁੰਦਾ ਵੀ ਸਾਡਾ ਚਿਹਰਾ ਹੈਗਾ ਚੂਨ ਨਿਸ਼ਾਨ ਝਾੜੋ ਸਾਡਾ ਚਿਹਰਾ ਹੈਗਾ ਕੀਰੀਵਾਲ ਸਾਹਿਬ ਦੁਆਰਾ ਕੀਤੇ ਕੰਮ ਸਾਡਾ ਚਿਹਰਾ ਹੈਗਾ ਕੀਰੀਵਾਲ ਸਾਹਿਬ ਦੁਆਰਾ ਦਿੱਲੀ ਚ ਚਲਾਈ ਜਾਂਦੀ ਸਰਕਾਰ ਜੋ ਕੀਰੀਵਾਲ ਸਾਹਿਬ ਨੇ ਕੀਤਾ ਉਹ ਅਸੀਂ ਪੰਜਾਬ ਦੇ ਸਾਡਾ ਚਿਹਰਾ ਇਹੀ ਹੈ ਬਾਕੀ ਜਿਹੜੇ ਤੁਸੀਂ ਚਿਹਰੇ ਕਰੇ ਬਹੁਤ ਜਲਦੀ ਆ ਪ੍ਰੋਸੈਸ ਸਟਾਰਟ ਹੋ ਹੀ ਗਿਆ ਸ਼ਾਇਦ ਤੁਹਾਨੂੰ ਪਤਾ ਲੱਗ ਗਿਆ ਹੋਵੇ ਬਹੁਤ ਜਲਦੀ ਅਨਾਉਂਸ ਹੋ ਰਹੀਆਂ ਕੋਸ਼ਿਸ਼ ਸੀਟਾਂ ਕੁਝ ਹਲਕਾ ਇੰਚਾਰਜ ਅਨਾਉਂਸ ਹੋ ਰਹੇ ਆ ਉਹਨਾਂ ਨੂੰ ਬਹੁਤ ਜਲਦੀ ਅਗਸਤ ਤੱਕ ਮੇਰੇ ਕੋਲੋਂ ਆਲਮੋਸਟ ਸਾਰੀ ਅਨਾਉਂਸ ਹੋ ਜਾਣਗੇ ਤੁਸੀਂ ਨੌਜਵਾਨਾਂ ਦੇ ਦੂਰ ਲੀਡ ਕਰ ਰਹੇ ਹੋ ਨੌਜਵਾਨਾਂ ਦੇ ਇਸ ਟਾਈਮ ਜੋਤੀ ਟੰਡੋਲ ਦੇ ਨੌਜਵਾਨ ਕੀ ਕਹਿੰਦੇ ਨੇ ਕੀ ਲੱਗਦਾ ਹੈ ਕਿ ਕੁਝ ਬਦਲਾਵ ਦੀ ਗੱਲ ਹੁੰਦੀ ਹੈ ਕਿਉਂ ਲਗਾਤਾਰ ਲਾਸਟ ਮੂਮੈਂਟ ਤੱਕ ਆਮ ਆਦਮੀ ਪਾਰਟੀ ਨੂੰ ਫਿਰ ਰਿਆ ਬਾਹਰ ਆਉਣਾ ਪੈ ਗਿਆ ਜਿੱਥੇ ਸਰਕਾਰ ਬੰਦੀ ਨਜ਼ਰ ਆ ਰਹੀ ਸੀਗੀ ਆਪੋਜੀਸ਼ਨ ਚ ਜਾਣਾ ਪੈ ਗਿਆ ਸੀ ਜੀ ਬਿਲਕੁਲ ਅ ਅਸੀਂ ਇਸ ਗੱਲ ਤੋਂ ਬਿਲਕੁਲ ਗਰੇਜ ਨਹੀਂ ਕਰਾਂਗੇ ਕਿ ਪਿਛਲੀ ਵਾਰ ਸਾਡੇ ਕੋਲ ਕੁਝ ਗਲਤੀਆਂ ਹੋਈਆਂ ਜਿਹਦੇ ਕਰਕੇ ਲਾਸਟ ਮੂਮੈਂਟ ਤੇ ਆਕੇ ਸੀ ਇਹ ਬਲੰਡਰ ਹੋ ਗਿਆ ਜਿਹਦੇ ਕਾਰਨ ਅੱਜ ਤੱਕ ਪੰਜਾਬ ਦੇ ਲੋਕ ਭੁਗਤ ਰਹੇ ਆ ਲਾਸਟ ਇਸ ਵਾਰ ਅਸੀਂ ਬੂਥ ਲੈਵਲ ਤੇ ਔਰ ਨੌਜਵਾਨ ਪੂਰੇ ਰੂਹ ਨਾਲ ਲੱਗੇ ਹੋਏ ਆ ਸਾਡੇ ਨਾਲ ਵੀ ਅਸੀਂ ਇਸ ਵਾਰ ਸਰਕਾਰ ਬਦਲ ਕੇ ਹੀ ਰਹਿਣੀ ਆ ਇਹਨਾਂ ਲੂਟੂਆਂ ਦੀ ਇਹਨਾਂ ਲੁਟੇਰਿਆਂ ਨੂੰ ਪੰਜਾਬ ਚੋਂ ਭਜਾ ਕੇ ਹੀ ਹਟਣਾ ਇਸ ਵਾਰ ਨੌਜਵਾਨਾਂ ਦੇ ਵਿੱਚ ਵੱਖਰਾ ਹੀ ਉਤਸ਼ਾਹ ਕਲਾਉਸ਼ਾ ਹੁਣ ਕਿਸ ਤਰ੍ਹਾਂ ਫਿਰ ਦੁਬਾਰਾ ਤੋਂ ਪ੍ਰੋਟੈਸਟ ਕੀਤੇ ਜਾ ਸਕਦੇ ਜੇ ਅਗਰ ਜ਼ਰੂਰਤ ਪਈ ਤਾਂ ਅਸੀਂ ਔਰवेज ਅਵੇਲੇਬਲ ਆ ਜੇ ਇਹ ਅਸੀਂ ਤਾਂ ਡੀਸੀ ਸਾਹਿਬ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਟ੍ਰੀਟ ਕੀਤਾ ਤੇ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡਾ ਸੁਨਾਹ ਪਚਾਵਾਂਗੇ ਔਰ ਅਸੀਂ ਅਮਰੀਕਾ ਨਾਲ ਤੁਸੀਂ ਕਹਿਆ ਡੀਸੀ ਸਾਹਿਬ ਦੇ ਨਹੀਂ ਅਸੀਂ ਰਾਜkumar ਜੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਬੂਏ ਅੱਗੇ ਸਾੜੇ ਸੀ ਹਾਂਜੀ ਔਰ ਮੇਰੇ ਖਿਆਲ ਨਾਲ ਜੇ ਉਹਨਾਂ ਨੂੰ ਥੋੜੀ ਬਹੁਤ ਵੀ ਸ਼ਰਮ ਹੋਊਗੀ ਨਾ ਥੋੜੀ ਬਹੁਤ ਵੀ ਤਾਂ ਉਹ ਆਪਣੀ ਸਰਕਾਰ ਨੂੰ ਜਾ ਕੇ ਦੱਸਣਗੇ ਯਾਰ ਥੋੜਾ ਬਹੁਤ ਤੇ ਕੁਝ ਜੂਥ ਲਈ ਕਰੋ ਤਾਨੂੰ ਲੱਗਦਾ ਸੁਣ ਪਾਣ ਕੇ ਨਵਜੋਤ ਸਿੰਘ ਸਿੱਧੂ ਲਗਾਤਾਰ 3 ਮਹੀਨੇ ਹੋ ਗਏ ਰੌਲਾ ਪਾਉਣ ਤੇ ਲੱਗਦਾ ਕਿ ਕੈਪਟਨ ਸਰਕਾਰ ਸੁਣ ਪਏ ਕਿ ਮੇਰੇ ਖਿਆਲ ਨਾਲ ਸੁਣੀ ਗਈ ਸਿੱਧੂ ਸਾਹਿਬ ਦੀ ਮੇਰੇ ਖਿਆਲ ਨਾਲ ਸੁਣੀ ਗਈ ਅੱਗੋਂ ਪਤਾ ਨਹੀਂ ਪਰ ਸਾਡਾ ਫਰਜ ਆ ਸਾਨੂੰ ਡਿਊਟੀ ਦਿੱਤੀ ਆ ਅੱਜ ਵੀ ਰੌਲਾ ਪਾਉਣ ਦੀ ਸਾਡਾ ਫਰਜ ਆ ਰੌਲਾ ਪਾਉਣ ਦਾ ਅਸੀਂ ਰੌਲਾ ਪਾਵਾਂਗੇ ਪਾਉਂਦੇ ਰਵਾਂਗੇ ਜਦ ਤੱਕ ਹੋਊਗਾ ਪਾਉਂਦੇ ਰਵਾਂਗੇ ਤੁਸੀਂ ਦੇਖੋ ਇਹਨਾਂ ਨੇ ਜਿਹੜੀ ਗੱਲ ਤੇ ਅੱਜ ਰੌਲਾ ਪਾਇਆ ਉਹ ਹੱਕ ਕਿੰਨਾ ਦਾ ਬਣਦਾ ਸੀ ਮੇਰੇ ਖਿਆਲ ਨਾਲ ਤੁਹਾਨੂੰ ਯਾਦ ਹੋਊਗਾ ਬਰਨਾਲੇ ਦੇ ਵਿੱਚ ਬਰਨਾਲੇ ਦਾ ਇੱਕ ਡਰਾਈਵਰ ਸੀ ਹਜੂਰ ਸਾਹਿਬ ਤੋਂ ਕਰੋਨਾ ਨਾਲ ਲੈਣ ਗਿਆ ਡੈਥ ਹੋ ਗਈ ਸੀ ਇਹਨਾਂ 50 ਲੱਖ ਰੁਪਏ ਕੀਤਾ ਸੀ ਅਨਾਉਂਸ ਉਹਦਾ ਟੱਬਰ ਅੱਜ 50 ਲੱਖ ਨੂੰ ਵੀ ਰੋਂਦੇ ਆ ਤੇ ਅੱਜ ਨੌਕਰੀ ਨੂੰ ਵੀ ਰੋਂਦੇ ਆ ਇਹ ਤੁਲ ਤਰਨ ਤਾਰਨ ਦੀ ਕੁੜੀ ਸੀ ਆ অলਪਿਕ ਦੇ ਵਿੱਚ ਮੈਡਲ ਜਿੱਤ ਕੇ ਲਈ ਸੀ ਡੀਐਸਪੀ ਦਾ ਉਹਦੇ ਨਾਲ ਵਾਦਾ ਹੋਇਆ ਸੀ ਉਹ ਵੀ ਵਿਚਾਰੀ ਰੋਂਦੀ ਯਾਰ ਜਿਨ੍ਹਾਂ ਜਿਹੜੇ ਡਿਜ਼ਰਵ ਕਰਦੇ ਆ ਜਿਹੜੇ ਬੈਠੇ ਆ ਵੀ ਨਹੀਂ ਸਾਨੂੰ ਮਿਲਣੀ ਚਾਹੀਦੀ ਆ ਉਹ ਤੇ ਵਿਚਾਰੇ ਰੋਂਦੇ ਆ ਜਿਹੜੇ ਨੇਤਾਵਾਂ ਦੇ ਨਿਆਣੇ ਆ ਉਹਨਾਂ ਨੂੰ ਦੇ ਤਮਨ ਸਾਹਿਬ ਨੇ ਹੁਣੇ ਦੱਸਿਆ ਨਾ ਵੰਡੇ ਰੋੜੀਆਂ ਮੁਰਮੁਰ ਆਪਣੇਆਂ ਨੂੰ ਇਹ ਬਹੁਤ ਜ਼ਿਆਦਾ ਲਗਦਾ ਹੈ ਕਿ ਯੂਥ ਦਾ ਦਿਲ ਜਿੱਤ ਪਾਉਗੇ ਕਿਉਂਕਿ ਲਗਾਤਾਰ ਹੀ 4.5 ਸਾਲ ਹੋ ਗਏ ਨੇ ਕੈਪਟਨ ਅਮਿੰਦਰ ਸਿੰਘ ਨੇ ਹੁਣ ਪੀਕੇ ਨੂੰ ਦੁਬਾਰਾ ਤੋਂ ਹਾਇਰ ਕੀਤਾ ਵਾ ਭਿਸ਼ਾਂਤ ਕਿਸ਼ੋਰ ਨੂੰ ਕਿ ਲੱਗਦਾ ਕਿ ਉਹਦੀਆਂ ਫਿਰ ਦੁਬਾਰਾ ਤੋਂ ਲੁਭਾਵ ਨੇ ਸਪਨਿਆਂ ਚ ਨਾ ਕਿਤੇ ਪੰਜਾਬ ਫਿਰ ਕਿਤੇ ਵੜ ਕੇ ਰਹੇ ਉਹ ਇੱਕ ਗੱਲ ਹੁੰਦੀ ਮਰਦਾ ਕੀ ਨਹੀਂ ਕਰਦਾ ਉਹ ਇਸ ਟਾਈਮ ਉਹਨਾਂ ਨੂੰ ਪਤਾ ਵੀ ਸਾਡੀ ਬੇੜੀ ਡੁੱਬ ਜਾਣੀ ਆ ਹੱਥ ਪੈਰ ਮਾਰੇ ਕਿਸੇ ਟਿਊਬ ਨੂੰ ਹੱਥ ਪਾ ਰਹੇ ਕਿਤੇ ਕਿਨਾਰੇ ਨੂੰ ਹੱਥ ਪਾ ਰਹੇ ਪਰ ਨਹੀਂ ਇਸ ਵਾਰ ਨਹੀਂ ਲੋਕ ਬਹੁਤ ਸਿਆਣੇ ਹੋਗੇ ਇੰਨਾ ਕਿੰਨਾ ਨੇ ਸਾਨੂੰ ਤੰਗ ਕਰ ਦਿੱਤਾ ਨਾ ਇੰਨਾ ਕਿ ਤੰਗ ਕਰ ਦਿੱਤਾ ਤੁਸੀਂ ਆ ਵੇਖੋ ਕਿਸੇ ਨੂੰ ਹੀ ਇੱਥੇ ਕਿਸੇ ਨੂੰ ਹੀ ਸਾਡੇ ਚਿਹਰਿਆਂ ਤੇ ਰੌਣਕ ਹੀ ਨਹੀਂ ਰਹੀ ਲੰਗੀਦਾ ਨਾ ਰੋਡ ਦੇ ਉਤੋਂ ਹਾਸਾ ਹੁੰਦਾ ਹੀ ਨਹੀਂ ਕਿਸੇ ਦੇ ਚਿਹਰੇ ਤੇ ਹਰ ਕੋਈ ਘਬਰਾਇਆ ਫਿਰਦਾ ਵੀ ਮੈਂ ਬਿਲੀ ਦਾ ਬਿੱਲ ਤਾਰਨਾ ਯਾਰ ਮੈਂ ਬੱਚਿਆਂ ਦੀ ਫੀਸ ਦੇਣੀ ਮੇਰਾ ਕੋਈ ਰਿਸ਼ਤੇਦਾਰ ਹਸਪਤਾਲ 'ਚ ਇਹਨਾਂ ਨੇ ਤਾਂ ਸਾਡਾ ਇਹ ਹਾਲ ਕਰਤਾ ਨਾ ਵੀ ਸਾਡੇ ਚਿਹਰਿਆਂ ਦੀ ਖੁਸ਼ੀ ਕੀ ਸਾਡੇ ਘਰਾਂ ਦਾ ਅੰਨ ਵੀ ਖੋ ਲਿਆ ਇਹਨਾਂ ਨੇ ਤੇ ਮੈਂ ਤਾਂ ਇਹੀ ਅਪੀਲ ਵੀ ਕਰਦਾ ਬੇਨਤੀ ਵੀ ਕਰਦਾ ਕਿ ਆਪਾਂ ਆਓ ਰਲ ਕੇ ਤੇ ਚੋਰਾਂ ਨੂੰ ਭਜਾਈਏ ਤੋ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਅੱਜ ਲਗਾਤਾਰ ਹੀ ਪ੍ਰੋਟੈਸਟ ਜਿਹੜਾ ਆ ਉਹ ਵੀ ਕੀਤਾ ਗਿਆ ਵਿਧਾਇਕ ਨੇ ਡਾਕਟਰ ਰਾਜਕੁਮਾਰ ਵੇਰਕਾ ਉਹਨਾਂ ਦੇ ਘਰ ਦੇ ਬਾਅਦ ਜਿਹੜੀਆਂ ਡਿਗਰੀਆਂ ਵੀ ਸਾੜੀਆਂ ਗਈਆਂ ਸਨ ਅਤੇ ਅਮਰੀਕਾ ਦੇ ਡੈਪਟੀ ਕਮਿਸ਼ਨਰ ਨੂੰ ਜੋ ਨੇ ਉਹ ਮੰਗ ਪੱਤਰ ਵੀ ਦਿੱਤਾ ਗਿਆ ਉਹਨਾਂ ਦਾ ਇਹੀ ਕਹਿਣਾ ਹੈ ਕਿ ਆਪਣੇ ਹੀ ਰਿਸ਼ਤੇਦਾਰਾਂ ਨੂੰ ਅਤੇ ਆਪਣੇ ਵਿਧਾਇਕਾਂ ਨੂੰ ਸਿਰਫ ਔਰ ਸਿਰਫ ਖੁਸ਼ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਜੋ ਨਵਜੋਤ ਸਿੰਘ ਸਿੱਧੂ ਨਾਲ ਜੋ ਲੜਾਈ ਚੱਲ ਰਹੀ ਸੀ ਕਿਤਨੇ ਕਿਤੇ ਉਹਦਾ ਵੀ ਫੈਸਲਾ ਹੁੰਦਾ ਹੋਇਆ ਇਹਨਾਂ ਨੂੰ ਲੱਗਦਾ ਹੈ ਕਿ ਨਜ਼ਰ ਆ ਰਿਹਾ ਲੇਕਿਨ 2022 ਦੇ ਵਿੱਚ ਇਹਨਾਂ ਦਾ ਕਹਿਣਾ ਕਿ ਆਮ ਸਰਕਾਰ ਬਣਾਵੇਗੀ ਤੈਨੂੰ ਜੋ ਨੌਜਵਾਨਾਂ ਨੂੰ ਜਰੂਰ ਉਹਨਾਂ ਦਾ ਬੰਦਾ ਹੋਇਆ ਹੱਕ ਦਿੱਤਾ ਜਾਵੇਗਾ ਕੈਮਰਾਮੈਨ ਗੁਰदयाल ਸਿੰਘ ਦੇ ਨਾਲ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ